ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਆਪਾਂ ਜਦੋਂ ਵੀ ਲਾਈਨਿੰਗ ਵਾਲੇ ਸੂਟ ਦੀ ਗੱਲ ਹੁੰਦੀ ਹੈ ਨਾ ਆਪਾਂ ਕਹਿੰਦੇ ਵੀ ਬਹੁਤ ਔਖਾ ਹੈ ਲਾਈਨਿੰਗ ਵਾਲਾ ਸੂਟ ਆ ਵੀ ਸਿੰਪਲ ਤਾਂ ਸੀ ਸੀ ਲੈਣੇ ਆ ਤੇ ਪਰ ਲਾਈਨਿੰਗ ਇਹ ਲਾਉਣੀ ਆਉਂਦੀ ਹੈਗੀ ਤੇ ਆਪਾਂ ਲਾਈਨਿੰਗ ਵਾਲਿਆਂ ਨੂੰ ਕਿੰਨੇ ਕਿੰਨੇ ਪੈਸੇ ਦਿੰਨੇ ਆ ਤੇ ਲਾਈਨਿੰਗ ਲਾਉਣਾ ਬਹੁਤ ਹੀ ਸੌਖੀ ਹੁੰਦੀ ਆ ਲਾਈਨਿੰਗ ਕੋਈ ਔਖੀ ਨਹੀਂ ਹੁੰਦੀ ਹੈਗੀ ਤੇ ਮੇਰੀ ਇਹ ਕਮੀਜ਼ ਦੀ ਵੀ ਪਹਿਲਾਂ ਕਟਿੰਗ ਦੀ ਵੀਡੀਓ ਪਾਈ ਹੋਈ ਆ ਤੇ ਮੈਂ ਤੁਹਾਨੂੰ ਅੱਜ ਸਲਵਾਰ ਦੇ نیچے ਲਾਈਨਿੰਗ ਲਾਉਣੀ ਦੱਸਦੀ ਆਂ ਤੁਸੀਂ ਹੁਣ ਸਿੰਪਲ ਸਲਵਾਰ ਤਾਂ ਲਾਈਨਿੰਗ ਉਹੀ ਲਾਉਣ ਲੱਗੂ ਜਿਹਨੂੰ ਸਿੰਪਲ ਸਲਵਾਰ ਕਟਿੰਗ ਆਉਂਦੀ ਹੋਊ ਕਰਨੀ ਆ ਸਿੰਪਲ ਸਲਵਾਰ ਇਦਾਂ ਕਟਿੰਗ ਕਰ ਲੈਣੀ ਆ ਕਿ ਸਿੰਪਲ ਸਲਵਾਰ ਦੀ ਕਟਿੰਗ ਦਾ ਕੀ ਹੁੰਦਾ ਆ ਚਾਰ ਕੁੰਦੇ ਹੁੰਦੇ ਨੇ ਤੇ ਪੱਟ ਹੁੰਦੇ ਨੇ ਤੇ ਪੱਟ ਤੇ ਨਾਲ ਇੱਕ ਬੈਲਟ ਦੇ نیچے ਲਾਉਣੀ ਹੁੰਦੀ ਆ ਉਹ ਜਿੰਨੇ ਵੀ ਜਿਵੇਂ ਆਪਾਂ ਸਿੰਪਲ ਕਟਿੰਗ ਕਰੀ ਬੈਠੇ ਆ ਪੱਟਾਂ ਦੀ ਵੀ ਕਟਿੰਗ ਕਰ ਲਈ ਕੁੰਦਿਆਂ ਦੀ ਵੀ ਕਟਿੰਗ ਕਟਿੰਗ ਕਰ ਲਈ ਆਪਾਂ ਨੇ ਤੇ ਬੈਲਟ ਦੀ ਵੀ ਕਰ ਲਈ ਤੇ ਬਸ ਹੋਰ ਲਾਈਨਿੰਗ ਬਾਰੇ ਆਪਾਂ ਕੀ ਕਰਨਾ ਕੁਛ ਵੀ ਨਹੀਂ ਕਰਨਾ ਆ ਆਪਣੀ ਸਿੰਪਲ ਸਲਵਾਰ ਦੀ ਕਟਿੰਗ ਕਰੀ ਹੋਈ ਆ ਕਰ ਲਈ ਪਹਿਲਾਂ ਸਿੰਪਲ ਸਲਵਾਰ ਦੀ ਕਟਿੰਗ ਕਰ ਲੈਣੀ ਆ ਤੇ ਫਿਰ ਕੀ ਕਰਨਾ ਲਾਈਨਿੰਗ ਪਈਆ ਆ ਦੇਖੋ ਇਦਾਂ ਲਾਈਨਿੰਗ ਇਦਾਂ ਫੋਲਡ ਕਰਕੇ ਰੱਖ ਲਈ ਆ ਆ ਦੇਖੋ ਫੋਲਡ ਕਰਕੇ ਦੂਰੀ ਕਰਕੇ ਰੱਖ ਲਈ ਜਿਵੇਂ ਆਪਾਂ ਆਪਣੀ ਸਲਵਾਰ ਦੀ ਲੰਬਾਈ ਦੇ ਹਿਸਾਬ ਨਾਲ ਆਪਾਂ ਕੱਪੜਾ ਫੋਲਡ ਕੀਤਾ ਉਸ ਹਿਸਾਬ ਨਾਲ ਆਪਾਂ ਨੇ ਫੋਲਡ ਕਰਕੇ ਰੱਖ ਲਈਏ ਦੂਰੀ ਰੱਖਣੀ ਹੈ ਆ ਦੇਖੋ ਜਿੱਦਾਂ ਦੂਰੀ ਪਈ ਹੈ ਨਾ ਇਦਾਂ ਅਨ ਡਬਲ ਫੋਲਡ ਕਰਕੇ ਕੱਪੜੇ ਨੂੰ ਆਪਾਂ ਲਾਈਨਿੰਗ ਦੇ ਨੂੰ ਰੱਖ ਲਿਆ ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਬਿਲਕੁਲ ਸਾਫ਼ ਕਰ ਲੈਣਾ ਤੇ ਪ੍ਰੈਸ ਕਰਕੇ ਹੱਥ ਨਾਲ ਸਾਫ਼ ਕਰ ਲੈਣਾ ਇਹਨੂੰ ਬਲ ਨਾ ਹੋਣ ਸਾਰੇ ਕੱਪੜੇ ਚ ਬਲ ਕਰਦੇ ਨੇ ਆ ਪਹਿਲਾਂ ਇਦਾਂ ਦੂਰੀ ਪਿਛਾ ਕੇ ਫਿਰ ਜਿਹੜਾ ਆਪਣੇ ਕਟਿੰਗ ਕਰੇ ਹੋਏ ਨੇ ਕੁੰਦੇ ਆ ਦੇਖੋ ਇਥੋਂ ਆਪਣੀ ਫੋਲਡ ਕਰਕੇ ਰੱਖਿਆ ਸੀ ਨਾ ਕੱਪੜਾ ਇਹਦਾ ਲਾਈਨਿੰਗ ਦਾ ਆ ਇਦਾਂ ਫੋਲਡ ਕਰਕੇ ਆ ਦੋ ਕੁੰਦੇ ਇਹਦੇ ਤੇ ਇਦਾਂ ਰੱਖ ਲੈਣੇ ਆ ਰੱਖ ਲੈ ਦੋਨੇ ਕੁੰਦੇ ਇਦਾਂ ਫੋਲਡ ਕਰੀ ਹੋਈ ਏਦਾਂ ਕੱਪੜੇ ਦੇ ਉੱਤੇ ਆਪਾਂ ਨੇ ਦੋ ਕੁੰਦੇ ਇੱਧਰ ਰੱਖ ਲਏ ਹੁਣ ਦੋ ਕੁੰਦੇ ਆਪਾਂ ਨੇ ਉਧਰਲੀ ਸਾਈਡ ਤੇ ਰੱਖ ਲੈਣੇ ਆ ਦੇਖੋ ਹਾਫ ਫੋਲਡ ਕਰੇ ਹੋਏ ਆਪਣਾ ਲੋਨ ਦਾ ਕੱਪੜਾ ਪਿਆ ਫੋਲਡ ਕਰਿਆ ਹੋਇਆ ਏਦਾਂ ਇਹਦੇ ਤੇ ਆਪਾਂ ਆਹ ਕੁੰਦੇ ਧਰਤੇ ਨੇ ਦੋ ਕੁੰਦੇ ਇੱਧਰ ਧਰਤੇ ਇਹ ਦੋ ਕੁੰਦਿਆਂ ਦੇ ਦੋਨੇ ਕੁੰਦੇ ਬਲੋਂ ਦੇ ਕੱਟੇ ਜਾਣਗੇ ਕਿਉਂਕਿ ਆ ਫੋਲਡ ਕਰਿਆ ਨਾ ਨੀਚੇ ਆਹਾ ਨੀਚੇ ਲੋਨ ਫੋਲਡ ਕਰੀ ਹੋਈ ਕਰਕੇ ਇਹੇ ਇਹ ਫਿਰ ਦੋ ਹੀ ਕੁੰਦੇ ਬਣਨਗੇ ਦੋ ਫੋਲਡ ਕਰ ਰਹੇ ਹਨ ਇਹ ਇਦਾਂ ਕਪੜਾ ਇਹ ਦੋ ਕੁੰਦਿਆਂ ਦੇ ਇਹਦੇ ਨੀਚੇੋਂ ਲੂਨ ਦੇ ਦੋ ਕੁੰਦੇ ਨਿਕਲੇ ਆਉਣੇ ਆ ਇੱਥੋਂ ਤੇ ਹੁਣ ਆਪਾਂ ਨਾਲ ਹੀ ਇਹਦੇ ਇੱਥੋਂ ਆਪਾਂ ਇਹਦੀ ਕਟਿੰਗ ਕਰਾਂਗੇ ਆ ਕੁੰਦੇ ਦੀ ਆ ਦੇਖੋ ਆ ਕੁੰਦੇ ਦੀ ਆਪਾਂ ਇੱਥੋਂ ਨਾਲ ਹੀ ਇਹਦੀ ਕਟਿੰਗ ਕਰਾਂਗੇ ਤੇ ਇੱਥੋਂ ਇਹਦੀ ਕਟਿੰਗ ਕਰਾਂਗੇ ਤੇ ਉੱਥੇ ਨਾਲ ਹੀ ਆਹ ਕੁੰਦਾ ਧਰਿਆ ਹੈ ਇਧਰਲੀ ਸਾਈਡ ਤੇ ਨੂੰ ਆਹ ਦੇਖੋ ਇਧਰ ਫੋਲਡ ਕਰਨ ਤੱਕ ਮੈਂ ਤੁਹਾਨੂੰ ਹੁਣ ਸਮਾਰ ਕੇ ਦਿਖਾਉਣੀ ਆ ਦੇਖੋ ਆ ਇਧਰ ਫੋਲਡ ਕਰਕੇ ਲੂਨ ਧਰ ਲਈ ਆਪਾਂ ਨੇ ਦੋ ਗੁੰਦੇ ਇਧਰ ਧਰਤੇ ਉਹ نیچے ਫੋਲਡ ਕਰੀ ਹੋਈ ਕਰਕੇ ਦੋ ਗੁੰਦੇ ਉਹਦੇ ਲੋਂ ਦੇ ਨਿਕਲ ਆਉਣੇ ਆ ਉਹਦੇ ਨਾਲ ਹੀ ਉਧਰਲੀ ਸਾਈਡ ਦੇ ਉੱਤੇ ਆਪਾਂ ਫੋਲਡ ਕਰੀਦੇ ਹੋਏ ਉੱਤੇ ਆਪਾਂ ਦੋ ਗੁੰਦੇ ਉਧਰ ਧਰ ਲਈ ਬਸ ਹੁਣ ਜਿੱਦਾਂ ਜਿੱਦਾਂ ਆਪਣੀਆਂ ਸਲਵਾਰ ਦੀ ਕਟਿੰਗ ਕਰੀ ਹੋਈ ਆ ਇੱਥੋਂ ਤੇ ਲੈ ਕੇ ਇਦਾਂ ਇਤਾਂ ਆਹ ਵਾਲੇ ਨੂੰ ਪਰੇ ਨੂੰ ਕਰ ਦੇਣਾ ਇੱਥੋਂ ਪਹਿਲਾਂ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਇਹਦੀ ਕਟਿੰਗ ਕਰਕੇ ਫਿਰ ਇਹਦੇ ਨਾਲ ਹੀ ਆਹ ਗੁੰਦੇ ਦੀ ਆਪਾਂ ਨਾਲ-ਨਾਲ ਧਰ ਕੇ ਇਹਦੀ ਵੀ ਆਪਾਂ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਹ ਕੁੰਦਾ ਧਰਿਆ ਹੈ ਨਾ ਆਪਣਾ ਆ ਹੁਣ ਆਪਾਂ ਇਹਦੀ ਕਟਿੰਗ ਕਰ ਦਈਏ ਆ ਆ ਦੇਖੋ ਆ ਫੋਲਡ ਕਰੇ ਹੋਏ ਸੀ ਇਹਦੇ ਨਾਲ ਆਪਾਂ ਲੋਨ ਦੀ ਨਾਲ ਹੀ ਕਟਿੰਗ ਹੋ ਗਈ ਆ ਲੈ ਆ ਦੋ ਗੁੰਦੇ ਹੋਗੇ ਇਹਦੇ ਦੋ ਗੁੰਦੇ نیچے ਲਾਈਨਿੰਗ ਪਈ ਆ ਇਦਾਂ ਹੀ ਆਪਾਂ ਨਾਲ ਧਰ ਕੇ ਆਪਾਂ ਪੱਟ ਚੜ ਕੇ ਇਹਦੀ ਸਟੀਚਿੰਗ ਕਰ ਦੇਣੀ ਆ ਹੁਣ ਆ ਦੇਖੋ ਇੱਧਰ ਆਪਣਾ ਨਾਲ ਹੀ ਆ ਜਿਹੜਾ ਆਪਾਂ ਨਾਲ ਕਟਿੰਗ ਕਰੀ ਹੋਈ ਆ ਇਦਾਂ ਹੀ ਆ ਦੂਜੀ ਦੋ ਗੁੰਦੇ ਆਪਾਂ ਉੱਪਰ ਲੈ ਸਲਵਾਰ ਤੇ ਧਰ ਲੈ ਲਾਈਨਿੰਗ نیچے ਵਿਸ਼ੀ ਹੋਈ ਔਰ ਡਬਲ ਵਿਸ਼ੀ ਹੋਈ ਆ ਇਹਦੇ ਵੀ نیچے ਇਦਾਂ ਹੀ ਇੱਥੇ ਤੱਕ ਆ ਡਬਲ ਲਾਈਨਿੰਗ ਤੇ ਇਹਦੀ ਵੀ ਆਪਾਂ ਇਦਾਂ ਹੀ ਕਟਿੰਗ ਕਰਕੇ ਇਥੋਂ ਇਹਦੇ ਲਾਈਨਿੰਗ ਦੇ ਨਾਲ ਦੋ ਕੁੰਦੇ ਕਟਿੰਗ ਕਰ ਦੇਣੇ ਆ ਆ ਦੇਖੋ ਇਹਦੀ ਵੀ ਆਪਾਂ ਨਾਲੋ ਨਾਲ ਇਦਾਂ ਕਰਕੇ ਕਟਿੰਗ ਕਰਤੀ ਆ ਆ ਦੇਖੋ ਇਦਾਂ ਨਾਲ ਹੀ ਧਰ ਕੇ ਕੁੰਦਿਆਂ ਦੀ ਇਹਦੀ ਕਟਿੰਗ ਕਰਤੀ ਆ ਇਹ ਹੋ ਗਈ ਆਪਣੀ ਦੋਨੇ ਚਾਰੇ ਕੁੰਦਿਆਂ ਦੀ ਪਹਿਲਾਂ ਲਾਈਨਿੰਗ ਕੱਟੀ ਗਈ ਹੁਣ ਇਦਾਂ ਹੀ ਆਪਾਂ ਪੱਟ ਵਛਾ ਲੈਣੇ ਆ ਆ ਦੇਖੋ ਚਾਰੇ ਕੁੰਡੇ ਕੱਟੇ ਗਏ ਇਹ ਆਪਾਂ ਇਦਾਂ ਰੱਖਤੇ ਹੁਣ ਆਪਾਂ ਪੱਟ ਕੱਟਦੇ ਆ ਦੇਖੋ ਹੁਣ ਜਿਹੜੀ ਆਪਾਂ ਕਮੀਜ਼ ਏ ਲੂਨ ਕਮੀਜ਼ ਦੇ نیچے ਲਾਉਣ ਨੂੰ ਲੂਨ ਕੱਟੀ ਸੀਗੀ ਕਮੀਜ਼ ਦਾ ਘੇਰਾ ਪੂਰਾ ਕਰਕੇ ਜਿਹੜੇ ਨਾਲੋਂ ਬਚਿਆ ਸੀਗਾ ਕੱਪੜਾ ਹੁਣ ਇਹ ਆਪਣੀ ਲੂਨ ਆ ਫੋਲਡ ਕਰੀ ਹੋਈ ਆ ਆ ਦੇਖੋ ਇੱਥੇ ਤੱਕ ਇਦਾਂ ਫੋਲਡ ਕਰੀ ਹੋਈ ਆ ਇਹ ਇਦਾਂ ਇਹ ਫੋਲਡ ਕਰਿਆ ਦੂਰੀ ਆਹੀ ਆ ਦੇਖੋ ਦੂਰੀ ਆਹੀ ਇਧਰਲੀ ਸਾਈਡ ਫੋਲਡ ਆ ਇਦਾਂ ਆਪਾਂ ਨੇ ਇਦਾਂ ਫੋਲਡ ਕਰਕੇ ਰੱਖ ਲਈ ਇਹ ਵੀ ਆਪਣੇ ਹੁਣ ਦੋ ਦੋ ਪੱਟ ਬਣਨਗੇ ਦੋਨੇ ਪੱਟਾਂ ਦੇ نیچے ਲੱਗ ਜੂਗੀ ਆ ਦੇਖੋ ਦੂਰੀ ਇਦਾਂ ਕਰਕੇ ਰੱਖ ਲਈਆ ਰੱਖ ਲਈਏ ਨਾ ਆਪਾਂ ਨੇ ਹੁਣ ਹੁਣ ਇਹਦੇ ਉੱਪਰ ਆਪਾਂ ਨੇ ਆ ਪੱਟ ਰੱਖ ਦੇਣੀਆਂ ਦੋਨੇ ਆ ਦੇਖੋ ਫੋਲਡ ਕਰੇ ਹੋਏ ਦੋਨੇ ਪੱਟ ਆ ਦੇਖੋ ਦੋਨੇ ਪੱਟ ਆਹ ਵੀ ਪੱਟ ਆਹ ਦੀ ਪੱਟ ਆਪਾਂ ਇਹਦੇ ਸਲਵਾਰ ਦੇ ਮੂਰੇ ਕੁੰਦਿਆਂ ਦੇ ਨਾਲ ਜੋੜਨੇ ਆ ਇਹ ਆਪਾਂ ਇਹਦੇ ਉੱਪਰ ਰੱਖ ਲਈ ਆ ਦੇਖੋ ਹੁਣ ਪੂਰਾ ਪੂਰੀ ਇਹ ਲਾਈਨਿੰਗ ਤੇ ਆਹਾ ਪੱਟ ਇਹ ਪੂਰੇ ਪੂਰੇ ਹੀ ਨੇ ਤੇ ਜੇਕਰ ਵਾਧਾ ਕਰਦਾ ਹੋਵੇ ਇਹ ਪੱਟ ਇਦਾਂ ਧਰ ਕੇ ਉਹਦੇ ਨਾਲੋਂ ਇਦਾਂ ਕਟਿੰਗ ਕਰ ਦੇਵੇ ਤੇ ਹੁਣ ਆਪਣੇ ਇੱਥੇ ਤੱਕ ਪੱਟ ਪੂਰੇ ਨੇ ਹੁਣ ਆਪਾਂ ਇੱਥੋਂ ਤੇ ਇਹਦੀ ਕਟਿੰਗ ਕਰ ਦੇਣੀ ਹੈ ਜੇਕਰ ਇਧਰੋਂ ਵੀ ਕਪੜਾ ਲਾਈਨਿੰਗ ala ਵਾਧਾ ਹੋਵੇ ਬਸ ਇਦਾਂ ਕਪੜਾ ਦੂਰਾ ਕਰਕੇ ਉੱਤੇ ਪੱਟ ਰੱਖ ਕੇ ਬਸ ਉਹਦੀ ਕਟਿੰਗ ਕਰ ਦੇਣੀ ਹੈ ਹੁਣ ਆਪਾਂ ਪੱਟਾਂ ਦੀ ਕਟਿੰਗ ਕਰ ਦਨੇ ਆ ਇਦਾਂ ਦੇਖੋ ਆਹ ਪਏ ਨੇ ਨਾ ਉੱਪਰ ਲਾਈਨਿੰਗ ਦੂਰੀ ਫੋਲਡ ਕਰੀ ਹੋਈ ਦੇ ਉੱਤੇ ਪੱਟ ਪਏ ਨੇ ਦੋਨੇ ਪੱਟ ਪਏ ਨੇ ਜੋ ਫੋਲਡ ਕਰੀ ਹੋਈ ਹੈ ਦੋ ਪੱਟ ਲਾਈਨਿੰਗ ਦੇ ਵਿੱਚੋਂ ਨਿਕਲਣਗੇ ਤੇ ਹੁਣ ਆਪਣੇ ਆ ਦੋ ਪੱਟ ਆਪਣੇ ਫੋਲਡ ਕਰਕੇ ਉੱਪਰ ਰੱਖੇ ਹੋਏ ਨੇ ਤੇ ਹੁਣ ਆਪਾਂ ਇੱਥੋਂ ਇਹਦੀ ਲਾਈਨਿੰਗ ਦੀ ਕਟਿੰਗ ਕਰ ਦਨੇ ਆ ਇੱਥੇ ਤੱਕ ਫੋਲਡ ਹੋਈ ਆ ਬਣੀ ਇੱਥੇ ਤੱਕ ਆਪਾਂ ਇੱਥੇ ਤੱਕ ਕਟਿੰਗ ਕਰ ਦਨੇ ਆ ਦੀ ਤੇ ਹੁਣ ਆਪਾਂ ਪੱਟ ਵੀ ਹੋ ਗਏ ਕੁੰਦੇ ਵੀ ਹੋ ਗਏ ਲਾਈਨਿੰਗ ਦੇ ਨਾਲ ਕੱਟ ਕੇ ਆ ਆਪਾਂ ਹੁਣ ਪੱਟ ਵੀ ਰੱਖਦੇ ਕੁੰਦਿਆਂ ਦੇ ਨਾਲ ਹੁਣ ਰਹਿ ਗਈ ਕੱਲੀ ਬੈਲਟ ਮੂਰੀਆਂ ਦੇ ਥੱਲੇ ਤਾਂ ਆਪਾਂ ਕਹਿ ਰਹੀ ਲਾਵਾਂਗੇ ਕਿਉਂਕਿ ਇਹਦੇ نیچے ਲਾਈਨਿੰਗ ਹੈਗੀ ਆ ਬਸ ਕੱਲੀ ਕੇਰੀ ਲੀਰ ਲਾ ਕੇ ਆਪਾਂ ਮੂਰੀਆਂ ਬਣਾਵਾਂਗੇ ਕੱਲੀ ਹੁਣ 벨ਟ ਦਾ ਕੱਪੜਾ ਚਾਹੀਦਾ ਆਪਾਂ 벨ਟ ਵੀ ਰੱਖ ਕੇ ਇਦਾਂ ਹੀ ਕਟਿੰਗ ਕਰ ਲੈਣੀ ਆ ਆ ਦੇਖੋ ਨਾਲੋਂ ਬਚੇ ਹੋਏ ਹੋਰ ਕੱਪੜੇ ਚੋਂ ਆਹ ਫੋਲਡ ਕਰਕੇ ਇਦਾਂ ਫੋਲਡ ਕਰਕੇ ਆਪਾਂ ਨੇ ਕੱਪੜਾ ਇਹ ਵੀ ਦੂਰਾ ਕਰਕੇ ਰੱਖ ਲਿਆ ਇੱਥੋਂ ਇਦਾਂ ਦੂਰਾ ਕਰਕੇ ਰੱਖ ਲਿਆ ਤੇ ਹੁਣ ਆਪਾਂ ਨੇ ਇਹਦੇ ਉੱਤੇ ਰੱਖ ਦੇਣੀ ਆ 벨ਟ ਆਪਦੀ ਆ ਦੇਖੋ 벨ਟ ਆ ਨੀਚੇ ਵੀ ਫੋਲਡ ਕਰਿਆ ਹੋਇਆ ਵਾ ਤੇ ਆ ਆਪਣੀ 벨ਟ ਵੀ ਫਰੰਟ ਤੇ ਬੈਕ ਦੀ ਦੋਨੇ ਜੋੜੇ ਹੋਏ ਨੇ ਆਪਣੇ ਪੱਲੇ ਆ ਦੇਖੋ ਇਦਾਂ ਆਪਾਂ 벨ਟ ਰੱਖਤੀਏ ਦੋਨੇ ਪੱਲੇ ਪ੍ਰਿੰਟ ਤੇ 벨ਟ ਦੇ ਹੁਣ ਆਪਾਂ ਇਹਦੇ ਨਾਲੋਂ ਨਾਲ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਇਹ 벨ਟ ਦੀ ਵੀ ਹੋਗੀ ਆ ਦੇਖੋ ਆਪਾਂ 벨ਟ ਦੀ ਵੀ ਇਦਾਂ ਕਟਿੰਗ ਕਰਤੀ ਆ ਹੁਣ ਨੀਚੇ ਆ ਦੇਖੋ ਆਹ ਫਰੰਟ ਤੇ ਬੈਕ ਦੇ ਆਪਣੀ ਫਰੰਟ ਦੇ ਬੈਕ ਦੇ ਦੋ ਪੱਲੇ ਹੁੰਦੇ ਨੇ ਪ੍ਰਿੰਟ ਤੇ 벨ਟ ਦੇ ਤੇ ਇਦਾਂ ਹੀ ਆਪਣੀਆਂ ਦੂਰੀ ਕਰਕੇ ਲਾਈਨਿੰਗ ਰੱਖੀ ਹੋਈ ਸੀਗੀ ਆਹ ਵਾਲੀ ਇਦਾਂ ਲਾਈਨਿੰਗ ਆ ਗਈ ਨਾਲੀ ਆ ਹੁਣ ਆਪਣੀ 벨ਟ ਵੀ ਕਟਿੰਗ ਹੋ ਗਈ। ਕੁਝ ਨਹੀਂ ਕਰਨਾ ਕੱਟੀ-ਕਟਾਈ ਸਲਵਾਰ ਨੂੰ। ਆਪਾਂ ਨੇ ਕਟਿੰਗ ਕਟਿੰਗ ਕਰੀ ਹੋਈ ਸਲਵਾਰ ਨੂੰ ਬਸ ਲਾਈਨਿੰਗ ਦੂਰੀ ਕਰਕੇ ਰੱਖਣੀ ਆ ਉੱਪਰ ਰੱਖ ਕੇ ਆਪਾਂ ਨੇ ਕਟਿੰਗ ਕਰ ਦੇਣੀ ਆ। ਕੋਈ ਅਲੈਦਾ ਕੁਝ ਨਹੀਂ ਕਰਨਾ ਸੇ ਸਲਾਈ ਕਰਨੀ ਬਹੁਤ ਸੌਖੀ ਆ ਨਾਲੋ ਨਾਲ ਫੜ ਕੇ ਜਿੱਦਾਂ ਆਪਾਂ ਉਹਨਾਂ ਨੂੰ ਜੋੜ-ਜੋੜ ਕੇ ਸਲਾਈ ਕਰਨੀ ਆ ਇਦਾਂ ਹੀ ਇਹਨਾਂ ਦੀ ਕਰੀ ਜਾਣੀ ਆ। ਤੇ ਹਾਂਜੀ ਕਿੱਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ ਧੰਨਵਾਦ ਜੀ।